ਸਾਡੇ ਨਾਲ ਕਰੈਕਟਰ ਚੇਂਜ ਹੋ ਗਏ ਨੇ ਉਹ ਅੰਕਲ ਹੁਣੀ ਚਲੇ ਗਏ ਨੇ ਅਤੇ ਇਹ ਭੈਣ ਆ ਗਏ ਨੇ ਇਹ ਭੈਣ ਆ ਗਏ ਨੇ ਇਹ ਭੈਣ ਜਦੋਂ ਦੇ ਆਏ ਨੇ ਨਾ ਉਦੋਂ ਦੀ ਜੁਗਤਾਂ ਮਾਰੀ ਜਾ ਰਹੇ ਨੇ ਬੰਦ ਕੈਮਰੇ 'ਚ ਹੀ ਯਾਨੀ ਹਲੇ ਕੈਮਰਾ ਵੀ ਨਹੀਂ ਆਨ ਮਾੜੀ ਮਾੜੀ ਗੱਲ 'ਤੇ ਜੁਗਤ ਮਾਰੀ ਜਾ ਰਹੇ ਨੇ ਅਤੇ ਬੜੀਆਂ ਅੱਛੀਆਂ ਇਹਨਾਂ ਨੇ ਜੁਗਤਾਂ ਕੀਤੀਆਂ ਚਲੋ ਭੈਣ ਹੁਣ ਕੋ ਗੱਲ ਕਰੋ ਕਿਹਨੂੰ ਮਾਰਨ ਜੁਗਤ ਤੁਹਾਨੂੰ ਕਿ ਉਹਨੂੰ ਉਹਨੇ ਮੈਨੂੰ ਮਾਰੋ ਉਦੋਂ ਦੀਆਂ ਮੈਨੂੰ ਹੀ ਮਾਰ ਰਹੇ ਨਹੀਂ ਮੈਂ ਤੁਹਾਨੂੰ ਮੈਂ ਵੈਸੇ ਪੁੱਛਣਾ ਮੈਂ ਕਿ ਤੁਸੀਂ ਕਾਫੀ ਪੀ ਰਹੇ ਆ ਪਤਾ ਨਹੀਂ ਕਿਉਂ ਦੀ ਪੀਤੀ ਇਦਾਂ ਪੀ ਰਹੇ ਸੀ ਤੁਸੀਂ ਅੱਛਾ ਤੁਸੀਂ ਕਾਫੀ ਮੈਂ ਇਸ ਤੋਂ ਪੀ ਰਿਆਂ ਕਿ ਮੈਂ ਪਤਾ ਨਹੀਂ ਕਿਉਂ ਦੀ ਪੀਤੀ ਕਿਉਂ ਦੀ ਪੀਤੀ ਅੱਛਾ ਹੋਰ ਹੋਰ ਵੀ ਠੀਕ ਹੈ ਤੁਹਾਡੀ ਹਾਂਜੀ ਹੋਰ ਲੱਗ ਨਹੀਂ ਇਸ ਤਰ੍ਹਾਂ ਨਹੀਂ ਲੱਗਦਾ ਥੋੜੇ ਤੁਸੀਂ ਨਾ ਢਿੱਲੇ ਢਿੱਲੇ ਜੇ ਹਾਂਜੀ ਉਹ ਤਬੀਅਤ ਖਰਾਬ ਆ ਦਵਾਈ ਖਾਧੀ ਹੋਣਾ ਠੀਕ ਹੋ ਜਾਏਗਾ ਚਲੋ ਹੋਰ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਅੱਗੇ ਹੋਰ ਅੱਗੇ ਅੱਗੇ ਜੀ ਬਸ ਚਲੋ ਖੜਾ ਦਿਓ ਹੈਲੋ ਭਾਈ ਜਾਣਾ ਨਹੀਂ ਹੁਣ ਨਾ ਹਾਲੇ ਤੇ ਟੇਲਰ ਹੋਇਆ ਠਹਿਰ ਜਾਓ ਤੁਹਾਡਾ ਨਾਮ ਫਿਜ਼ਾਨ ਅਲੀ ਇਹਨੂੰ ਕੋਈ ਅੱਛੀ ਜੀ ਜੁਗਤ ਮਾਰ ਤੂੰ ਇੰਜ ਜਿਵੇਂ ਕਢਾਈ ਵਾਲਾ ਕਫਨ ਹੁੰਦਾ ਚਲੋ ਤੂੰ ਇੰਜ ਮਰੇ ਇਹਦਾ ਪੀਕੋ ਵਾਲਾ ਕਫਨ ਹੁੰਦਾ ਤੁਸੀਂ ਹੁਣ ਨੈਕਸਟ ਇਹਨੂੰ ਮਾਈਕ ਨਹੀਂ ਦੇਣਾ ਠੀਕ ਹੋ ਗਿਆ ਤੂੰ ਇੰਜ ਜਿਵੇਂ ਹੋਡ ਵਾਲੀ ਸ਼ੇਰਵਾਨੀ ਹੁੰਦੀ ਚੱਲ ਤੂੰ ਪੀਕੋ ਵਾਲੀ ਸ਼ੇਰਵਾਨੀ ਕਹਿ ਨਹੀਂ ਨਹੀਂ ਇਹਦੇ ਨਾਲ ਘਰ ਅੰਮੀ ਨੇ ਪਕਾਏ ਕਰੇਲੇ ਇਹਦੀ ਅੰਮੀ ਨੇ ਹਾਂ ਤੇ ਨਾ ਘਰੋਂ ਮੁੱਕ ਗਿਆ ਅੱਛਾ ਘਰੋਂ ਸਾਲਨ ਮੁੱਕ ਗਿਆ ਗੱਲ ਤੇ ਸੁਣ ਲਓ ਅੱਛਾ ਇਹਦੀ ਅੰਮੀ ਨੇ ਘਰ ਕਰੇਲੇ ਪਕਾਏ ਆ ਠਹਿਰ ਜਾਓ ਚਲੋ ਇਹਦੀ ਅੰਮੀ ਨੇ ਪਕਾਏ ਕਰੇਲੇ ਉਹ ਭਰਨੇ ਸੀਗੇ ਤੇ ਇਹਦੀ ਅੰਮੀ ਨੇ ਇਹਨੂੰ ਕਿਹਾ ਪੁੱਤ ਜਾ ਕੇ ਨਾ ਨਲਕੀ ਲੈ ਗਿਆ ਤੇ ਕਰੇਲਾ ਨਾਲ ਲੈ ਗਿਆ ਕਹਿੰਦਾ ਨਾਲ ਦੀ ਨਲਕੀ ਦਿਓ ਬੇਟਾ ਜੁਗਤ ਇਹ ਹੁੰਦੀ ਆ ਕਿ ਇਹਦੀ ਅੰਮੀ ਨੇ ਪਕਾਉਣੇ ਸੀ ਕਰੇਲੇ ਸੀ 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 ਹਾਂ ਉਹਨੇ ਭਰਨੇ ਸੀ ਤੂੰ ਕਹਿੰਦੀ ਅੰਮੀ ਨੇ ਪਕਾ ਲਏ ਕਰੇਲੇ ਕਰੇਲੇ ਪੱਕ ਗਏ ਅੱਗੋ ਨਲਕੀ ਖਤਮ ਹੋ ਗਈ ਉਹ ਗਲਤ ਪੱਕ ਗਏ ਸੀ ਸੀਣੇ ਸੀਗੇ ਬਾਅਦ ਚੋਂ ਅੱਛਾ ਪਕਾਉਣ ਤੋਂ ਬਾਅਦ ਸੀਣੇ ਅੱਛਾ ਦੀ ਅੰਮੀ ਨੇ ਸਿੱਧੇ ਹੀ ਪਕਾਏ ਕੱਟੇ ਕੁੱਟੇ ਨਹੀਂ ਕੱਟੇ ਕੁੱਟੇ ਨਹੀਂ ਸਿੱਧੇ ਪਕਾ ਅੱਛਾ ਇਹ ਨਾਦਰੀ ਨਸਲ ਆਇਆ ਜੁਗਤ ਸੀ ਮੈਂ ਕਿਹਾ ਮੈਂ ਦੱਸ ਦਵਾਂ ਅੱਛਾ 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 ਚੱਲ ਸਲੀਵਲੈਸ ਕੋਟ ਪੈਂਟ ਹੁੰਦਾ ਓਏ ਤੂੰ ਪਹਿਲਾਂ ਕਫਨ ਕੀਤਾ ਫਿਰ ਤੂੰ ਹੁੱਡ ਕੀਤੀ ਹੁਣ ਤੂੰ ਕੋਟ ਕਰਦਾ ਮੈਂ ਅਸਲ 'ਚ ਕੱਪੜੇ ਦਾ ਕੰਮ ਕਰਦਾ ਨਾ ਤੂੰ ਛੋਟਾ ਟਵੀਰਾਂ ਆਪਣਾ ਯਾਰ ਕੀ ਹੋ ਗਿਆ ਅਸ ਵੱਡੇ ਟਵੀਰਿਆਂ ਦੀਆਂ ਦਵਾਵਾਂ ਨੇ ਓਹੋ ਐਸ ਐਲ ਮੋਗੇ ਨਾਲ ਰਹੇ ਨੇ ਚਲੋ ਜੀ ਬਿੱਲੀ ਟਿਊਸ਼ਨ ਪੜ੍ਹਨ ਆਈ ਹੁੰਦੀ ਆ ਚਲਾਦਾ ਹੀ ਮੇਰਾ ਜੁਗਤਾਂ ਮਾਰਨੀਆਂ ਨੇ ਇਹਨੂੰ ਜੁਗਤਾਂ ਮਾਰਨੀਆਂ ਨੇ ਹੈਂ ਉਹ ਦਾਦੀ ਨੇ ਮੁੱਛਾਂ ਰੱਖੀਆਂ ਹੁੰਦੀਆਂ ਚੱਲ ਬਸ ਇਹਨੇ ਹਰ ਸ਼ੋਅ 'ਚ ਆਉਣਾ ਹੁੰਦਾ ਹਰ ਸ਼ੋਅ ਹਾਂ ਇਹਨੂੰ ਕਹਿ ਇਹਨੂੰ ਕਹਿ ਓਏ ਮਰੇ ਮਰੇ ਨਥੀ ਬੇਟੇ ਨਥੀ ਬੇਟੇ ਨਹੀਂ ਲੰਮਾ ਬੇਟੇ ਲੰਮਾ ਕਰ ਨਥੀ ਬੇਟੇ ਹੋਰ ਲੰਮਾ ਕਰ ਨਥੀ ਬੇਟੇ ਨਥੀ ਬੇਟੇ ਇਹ ਹੱਥ ਵੇਖੋ ਖਾਰਸ਼ ਕਰਨ ਵਾਲਾ ਹੁੰਦਾ ਤੇਰਾ ਕਜ਼ਨ ਆ ਕੋਈ ਗੱਲ ਨਹੀਂ ਖੈਰ ਆਹੋ ਓਏ ਇਹਨੂੰ ਕਹਿ ਜੱਟਾਂ ਦਾ ਚਮੋਟਾ ਹੁੰਦਾ ਹੀ ਠੀਕ ਆ ਓਕੇ ਹੁਣ ਬੈਟਰੀ ਚਾਰਜ ਆ ਫੁੱਲ ਹੈਂ ਤੇਰੇ ਲਈ ਮੈਂ ਬਾਹਰੋਂ ਸੈੱਲ ਮੰਗਵਾਉਣਾ ਚਾਰਜੇਬਲ ਵੱਡੇ ਤੈਨੂੰ ਮੈਂ ਗੱਡੀ ਵਾਲੀ ਬੈਟਰੀ ਪਵਾ ਦੇਣੀ ਵੱਡੀ 70 ਅੰਪੀਅਰ ਦੀ ਮੈਂ ਕਹਿੰਦਾ ਟੱਪਦਾ ਫਿਰੇਗਾ ਗਾਣਾ ਸੁਣਾਉਣ ਲੱਗਾ ਗਾਣਾ ਸੁਣਾਉਣ ਲੱਗਾ ਲੋ ਜੀ ਕੋ ਬੰਦਾ ਦੱਸੇ ਕਿਹੜਾ ਗਾਣਾ ਕਿਹੜਾ ਉਹ ਗਾਣਾ ਹੈਗਾ ਨਾ ਡੋਲ ਮਾਈਆ ਉਹ ਗਾ ਰਿਹਾ ਡੋਲ ਚ ਪਾਈਆ ਕਿਹੜਾ ਗਾਣਾ ਗਾ ਰਿਹਾ ਡੋਲ ਪਾਈਆ ਡੋਲ ਮਾਈਆ ਲਾ ਵਾਹ ਮਰੇ ਵਾਹ ਹੈ ਇਹ ਪੂਰਾ ਹੁੰਦਾ ਮੈਨੂੰ ਕਹਿੰਦਾ ਇਹ ਮੈਨੂੰ ਪੂਰਾ ਹੁੰਦਾ ਚਾਹ ਪਾਣ ਕੋ ਜੁਗਤ ਇੱਧਰ ਕਪੜੇ
अच्छा आ भाई ने ना बैंक च डाका मारा ते उन्होंने खून करो ते कैमरा लगा आ भाई ने ना आ भाई ने बैंक च डाका मारा उन्होंने खून की बोतल कर ली ब्लड बैंक च मारता ਗੰਦੇ ਕੱਪੜੇ ਦਾ ਕਿਹੜੇ ਕੱਪੜੇ ਦਾ ਕੰਮ ਕਰਦੇ ਜੇ ਮੈਂ ਲੇਡੀਜ਼ ਵੀ ਜੈਂਟਸ ਵੀ ਸਾਰੇ ਕਰਦੇ ਮੁਕੰਮਲ ਹਾਂਜੀ ਇੱਕ ਦਿਨ ਗੰਦੇ ਕੱਪੜੇ ਦਾ ਕਰਨ ਲੱਗ ਗਏ ਗੰਦੇ ਕੱਪੜੇ ਦਾ ਟਾਟਾ ਮਿਲ ਆਪਾਂ ਆਪ ਆਉਣਾ ਲੀਰਾਂ ਯੇ ਵੋ ਟਾਟਾ ਮਿਲ ਨਹੀਂ ਅੱਛਾ ਨ
जुगत कर ली कोई करो एदा दादा मर गया ते कबर कढ़ाउण लगा कबर कढ़ाउण किन्ने पैसे कहिंदा 40,000 रुपया कहिंदा रियायत करो रोज दे गाहक अल्लाह माफी देवे बेटा की कैंसर है सारयां नूं अच्छा मैं इन्हूं कहा तू वड्डा क्यों नहीं होंदा कहिंदा मेरा अबू मैनूं कह गया इत्थे गलोई मां आया कहिंदा मैं उदों उत्थे पान वाली दुकान ते गया कहिंदा पान खा के ना तू थुक नहीं आया ते उहनूं पान कढ कहिंदा यार इह च थुक ते पा ਐਨਕ ਲਾ ਕੇ ਤੇ ਗੁੱਡਾ ਲੁੱਟੀ ਜਾਵੇ ਐਨਕ ਲਾ ਕੇ ਐਨਕ ਲਾ ਕੇ ਗੁੱਡਾ ਲੁੱਟ ਰਿਹਾ ਤੇ ਮੈਂ ਫੜਿਆ ਮੈਂ ਕਿਹਾ ਓਏ ਐਨਕ ਤੇ ਬਣਿਆ ਵਾ ਪਾਗਲ ਹੋ ਗਿਆ ਕੋਟੇ ਟੱਪ ਟੱਪ ਸਾਜੀ ਸਮਝ ਆ ਰਹੀ ਸਾਜੀ ਹੁਣ ਤੁਸੀਂ ਮੈਂ ਤੁਹਾਨੂੰ ਪੂਰਾ ਇੰਟਰਟੇਨ ਕਰ ਰਿਹਾ ਤੁਸੀਂ ਮੇਰੀ ਤਨਖਾਹ ਵੀ ਟਾਈਮ ਸਿਰ ਦੇਣੀ ਹਾਂ ਅੱਛਾ ਭਾਈ ਘੋੜੇ ਤੇ ਜਾ ਰਿਹਾ ਤੇ ਮਗਰ ਕੁੱਤੇ ਪੈ ਗਏ ਤੇ ਕੁੱਤੇ 10 ਕਿਲੋਮੀਟਰ ਤੱਕ ਜਾ ਨਹੀਂ ਨਾ ਛੱਡਣ ਤੇ ਇਹਨੇ ਕੀ ਕੀਤਾ ਇਹਨੇ ਖੱਬਾ ਦੇ ਕੇ ਸੱਜੇ ਪਾਸੇ ਮੋੜ ਲਿਆ ਉਹ ਜਾ ਕੱਖ ਨਹੀਂ ਤੂੰ ਸੈੱਲ ਪਏ ਨਵੇਂ ਬੇਟਾ ਤੈਨੂੰ ਤੇ ਗੱਲਾਂ ਆਉਣ ਗਈਆਂ ਜ਼ਿਆਦਾ ਪਾਵਰ ਤਾਂ ਪੈ ਗਿਆ ਦਿਲ ਘਬਰਾਉਣ ਲੱਗ ਗਿਆ ਭਾਈ ਹਮਾਮ ਚ ਗਿਆ ਕਹਿੰਦਾ ਮੇਰੀ ਫੌਜੀ ਕਟਿੰਗ ਕਰ ਦਿਓ ਕਹਿੰਦਾ ਮੂੰਹ ਤੇ ਚੋਰਾ ਰੰਗਾ ਤੇਰਾ ਬ੍ਰੇਕ ਲੈ ਲਈਏ ਚੱਲ ਇਹਨੂੰ ਬ੍ਰੇਕ ਲੈ ਨਹੀਂ ਗੁੱਲਾ ਨੇ ਬ੍ਰੇਕ ਲੈ ਲਈ ਚੱਲ ਤੂੰ ਲੈ ਕਹਿੰਦਾ ਆਹ ਉੱਧਰ ਦੇਖ ਇਹ ਕੈਮਰੇ ਦੇ ਵਿੱਚ ਨਾਜ਼ਰੀਨ ਵਕਤੋਂ ਐਕ ਬ੍ਰੇਕ ਦਾ ਮਿਲਦਾ ਇੱਕ ਸ਼ਾਰਟ ਬ੍ਰੇਕ ਦੇ ਬਾਅਦ ਸਾਡੇ ਨਾਲ ਰਹਿਣਾ ਤੇ ਆਪਾਂ ਬ੍ਰੇਕ ਤੋਂ ਬਾਅਦ ਦੁਬਾਰਾ ਆਉਂਦੇ ਹਾਂ ਜੀ ਨਾਜ਼ਰੀਨ ਬ੍ਰੇਕ ਹੋਆ ਇੱਕ ਵਕਤ ਕਾ ਇਹ ਬੇਟਾ ਬੇਟਾ ਨੋਖੇ ਤਰੀਕੇ ਨਾਲ ਬ੍ਰੇਕ ਲੈਣੀ ਹੈ ਨੋਖੇ ਤਰੀਕੇ ਦੇ ਨਾਲ ਨੋਖੇ ਤਰੀਕੇ ਦੇ ਨਾਲ ਬ੍ਰੇਕ 'ਚ ਜਾਵਾਂਗੇ ਰਲ ਕੇ ਅਸੀਂ ਇੱਥੇ ਜੁਗਤਾਂ ਵੀ ਕਰਾਂਗੇ ਅੱਜ ਸਾਡੇ ਨਾਲ ਅਬਦੁੱਲਾ ਭਾਈ ਆਇਆ ਏ ਉਹ ਭਾਈ ਤੇ ਜ਼ਰਾ ਵੀ ਨਹੀਂ ਬੋਲਿਆ ਮਿਲਦੇ ਇੱਕ ਬ੍ਰੇਕ ਦੇ ਬਾਅਦ